ਆਲ ਇੰਡੀਆ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਏਟਕ ਦੀ ਮੀਟਿੰਗ ਸੁਤੰਤਰ ਭਵਨ ਜਲਾਲਾਬਾਦ ਵਿਖੇ ਹੋਈ, ਜਿਸ ਵਿੱਚ ਯੂਨੀਅਨ ਦੀ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਅਤੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ, ਸਕੱਤਰ ਆਸ਼ਾ ਢਾਬਾ, ਕੁਸ਼ਮਲਤਾ, ਜਨਕ ਸ਼ਾਲੂ, ਕ੍ਰਿਸ਼ਨਾ, ਬਸਤੀ ਭੂਮਨ ਸ਼ਾਹ, ਰਾਜ, ਜਸਵੀਰ ਕੌਰ, ਅਰਪਣਾ, ਗੀਤੂ ਸ਼ਿਮਲਾ, ਹਰਜਿੰਦਰ ਕੌਰ, ਕ੍ਰਿਸ਼ਨਾ, ਪ੍ਰਕਾਸ਼, ਮੰਜੂ ਹਾਜ਼ਰ ਸਨ। ਇਸ ਮੌਕੇ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਯੂਨੀਅਨ ਮੈਂਬਰਾਂ ਨੂੰ ਸੰਬੋਧਨ ਕੀਤਾ। ਆਓ ਸੁਣਦੇ ਹਾਂ ਕੀ ਕਹਿਣਾ ਹੈ ਆਂਗਨਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਸਰੋਜ ਛਪੜੀਵਾਲਾ ਦਾ। ਕੇਂਦਰ ਸਰਕਾਰ ਵੱਲੋਂ ਸਾਡੇ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਵੱਲੋਂ ਪੋਸ਼ਣ ਅਭਿਆਨ ਚਲਾਇਆ ਗਿਆ ਜੋ ਕਿ ਸਾਰੇ ਇੰਡੀਆ ਵਿੱਚ ਚਲਾਇਆ ਗਿਆ। ਉਹਦੇ ਵਿੱਚ ਪੰਜਾਬ ਵੀ ਇੱਕ ਸੂਬਾ ਹੈ, ਪੰਜਾਬ ਵਿੱਚ ਵੀ ਪੋਸ਼ਣ ਅਭਿਆਨ ਮਨਾਇਆ ਗਿਆ। ਪੋਸ਼ਣ ਅਭਿਆਨ ਦਾ ਮਤਲਬ ਇਹ ਹੈ ਵੀ ਜਿਹੜੇ ਸਾਡੇ ਕੁਪੋਸ਼ਿਤ ਲੋਕ ਨੇ ਉਹਨਾਂ ਨੂੰ ਪੋਸ਼ਿਤ ਕਰਨਾ, ਉਹਨਾਂ ਨੂੰ ਚੰਗੀ ਖੁਰਾਕ ਦੇਣੀ, ਉਹਨਾਂ ਨੂੰ ਤੰਦਰੁਸਤ ਬਣਾਉਣਾ। ਪੋਸ਼ਣ ਅਭਿਆਨ ਮਨਾਉਂਦਿਆਂ ਪੂਰਾ ਸਤੰਬਰ ਮਹੀਨਾ ਮਨਾਉਣਾ ਸੀ, ਪੂਰਾ ਮਹੀਨਾ ਪੋਸ਼ਣ ਅਭਿਆਨ ਮਨਾਇਆ ਗਿਆ, ਪਰ ਪੂਰੇ ਮਹੀਨੇ ਦੇ ਵਿੱਚ ਅਜੇ ਤੱਕ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਨਹੀਂ ਪਹੁੰਚਿਆ। ਪਹਿਲਾਂ ਹੀ ਲੋਕ ਗਰੀਬ ਨੇ, ਗਰੀਬ ਲੋਕਾਂ ਨਾਲ ਹੀ ਤਾਲਮੇਲ ਕਰਕੇ ਪੋਸ਼ਣ ਅਭਿਆਨ ਮਨਾਉਣਾ ਸੀ। ਵੈਸੇ ਤਾਂ ਉਹ ਆਪਣੇ ਕੋਲ ਇੰਨੀ ਗਰੀਬੀ ਪਹੁੰਚ ਚੁੱਕੇ ਨੇ ਵੀ ਆਪਣੇ ਕੋਲੋਂ ਹਰੀਆਂ ਸਬਜ਼ੀਆਂ, ਫਰੂਟ ਵਗੈਰਾ ਇਹੋ ਜਿਹਾ ਕੋਈ ਚੰਗੀ ਖੁਰਾਕ ਨਹੀਂ ਲੈ ਸਕਦੇ। ਪਰ ਜਿਹੜਾ ਸੈਂਟਰ ਸਰਕਾਰ ਵੱਲੋਂ ਪੋਸ਼ਣ ਅਭਿਆਨ ਚਲਾਇਆ ਗਿਆ ਸੀ ਉਹ ਇੱਕ ਮਹੀਨਾ ਉਹਨਾਂ ਨੂੰ ਚੰਗੀ ਖੁਰਾਕ ਦੇਣੀ ਸੀ। ਵੱਖ ਵੱਖ ਵਿਭਾਗਾਂ ਨੇ ਆ ਕੇ ਉਹਨਾਂ ਦੀਆਂ ਮੀਟਿੰਗਾਂ ਲਾਉਣੀਆਂ ਸੀ, ਉਹਨਾਂ ਨੂੰ ਸਿਹਤ ਸਹੂਲਤਾਂ ਬਾਰੇ, ਖਾਣ ਪੀਣ ਬਾਰੇ, ਕਿਸਾਨਾਂ ਨੂੰ ਉਹਨਾਂ ਦੀ ਕਿਸਾਨੀ ਬਾਰੇ, ਯੂਥ ਨੂੰ ਉਹਨਾਂ ਦੇ ਭਵਿੱਖ ਬਾਰੇ, ਸਾਰੇ ਆ ਕੇ ਵੱਖ ਵੱਖ ਮਹਿਕਮੇ ਨੇ ਉਹਨਾਂ ਨੂੰ ਕਲਾਸਾਂ ਲਾ ਕੇ, ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਸੁਚੇਤ ਕਰਨਾ ਸੀ, ਉਹਨਾਂ ਨੂੰ ਸਮਝਦਾਰ ਕਰਨਾ ਸੀ। ਪਰ ਕੋਈ ਵੀ ਕਿਸੇ ਮਹਿਕਮੇ ਦਾ, ਕਿਸੇ ਵਿਭਾਗ ਦਾ ਕੋਈ ਵੀ ਅਧਿਕਾਰੀ ਕਿਸੇ ਪਿੰਡ ਵਿੱਚ ਨਹੀਂ ਪਹੁੰਚਿਆ, ਕਿਸੇ ਦੀ ਵੀ ਡਿਊਟੀ ਨਹੀਂ ਲਾਈ ਗਈ। ਸਾਰਾ ਜਿਹੜਾ ਪ੍ਰੋਗਰਾਮ ਹੈ ਉਹ ਆਂਗਣਵਾੜੀ ਵਰਕਰਾਂ ਨੇ ਮਹੀਨਾ ਭਰ ਕੀਤਾ ਹੈ, ਪਰ ਇਸ ਮਹੀਨੇ ਦੇ ਵਿੱਚ ਜਦੋਂ ਆਂਗਣਵਾੜੀ ਸੈਂਟਰਾਂ ਵਿੱਚ ਰਾਸ਼ਨ ਹੀ ਨਹੀਂ ਹੈ, ਫਿਰ ਪੋਸ਼ਣ ਅਭਿਆਨ ਤਾਂ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ। ਇਹ ਇੱਕ ਬਿਲਕੁਲ ਕਹਿ ਲਓ ਵੀ ਵੱਡਾ ਘਪਲਾ ਹੈ, ਬਹੁਤ ਵੱਡਾ ਘਪਲਾ ਹੈ। ਇੰਨਾ ਪੈਸਾ, ਕਰੋੜਾਂ ਰੁਪਈਏ ਪੋਸ਼ਣ ਅਭਿਆਨ 'ਤੇ ਖਰਚ ਕੀਤਾ ਗਿਆ ਹੈ, ਪਰ ਕਿਸੇ ਵੀ ਲਾਭਪਾਤਰੀ ਕੋਲ, ਚਾਹੇ ਉਹ ਪ੍ਰੈਗਨੈਂਟ ਔਰਤ ਹੈ, ਚਾਹੇ ਉਹ ਨਰਸਿੰਗ ਮਦਰ ਹੈ ਜਾਂ ਹੋਰ ਲਾਭਪਾਤਰੀ ਨੇ, ਉਹਨਾਂ ਕੋਲ ਇੱਕ ਦਾਣਾ ਵੀ ਸਰਕਾਰੀ ਤੌਰ 'ਤੇ ਨਹੀਂ ਪਹੁੰਚਿਆ। ਜੇ ਕਿਸੇ ਆਂਗਣਵਾੜੀ ਵਰਕਰਾਂ ਨੇ ਆਪਣੇ ਤੌਰ 'ਤੇ ਕਿਸੇ ਨੂੰ ਕੇਲੇ ਦੇ ਕੇ, ਕਿਸੇ ਨੂੰ ਅਮਰੂਦਾਂ ਦੀ ਟੋਕਰੀ ਦੇ ਕੇ ਮਨਾਇਆ ਹੈ, ਤਾਂ ਉਹ ਆਂਗਣਵਾੜੀ ਵਰਕਰਾਂ ਨੇ ਆਪਣੇ ਪੱਲਿਓਂ ਮਨਾਇਆ ਹੈ। ਅਤੇ ਇਹਦੇ 'ਤੇ ਸਾਨੂੰ ਜਿਹੜਾ ਸਾਰਾ ਮਹੀਨਾ ਦੇਖਣ 'ਚ ਆਇਆ ਹੈ, ਸਾਨੂੰ ਇਹ ਲੱਗ ਚੁੱਕਿਆ ਪੂਰਾ ਕਿ ਇਹਦੇ ਵਿੱਚ ਬਹੁਤ ਵੱਡਾ ਘਪਲਾ ਹੈ, ਇਹ ਕਰੋੜਾਂ ਰੁਪਈਆਂ ਦਾ ਘਪਲਾ ਹੈ। ਅਸੀਂ ਇਹਦੀ RTI ਰਾਹੀਂ ਜਾਂਚ ਕਰਾਂਗੇ ਕਿ ਇਹ ਕਿੰਨਾ ਘਪਲਾ ਹੈ ਅਤੇ ਕਿੰਨਾ ਕਿਹੜੇ ਪਿੰਡ ਨੂੰ ਪੈਸਾ ਆਉਣਾ ਸੀ, ਇਹ ਸਾਰੀ ਜਾਂਚ ਕਰਕੇ ਅਤੇ ਅਸੀਂ ਜਿਹੜੇ ਸੰਬੰਧਿਤ ਅਧਿਕਾਰੀ ਕੋਈ ਵੀ ਹੋਣਗੇ ਜਿਹੜੇ ਖਾ ਰਹੇ ਨੇ, ਇੰਨੀ ਕਰਪਸ਼ਨ ਕਰ ਰਹੇ ਨੇ, ਅਸੀਂ ਉਹਨਾਂ ਨੂੰ ਛੱਡਾਂਗੇ ਨਹੀਂ।